ਰਾਜਸਭਾ ਮੈਂਬਰ ਵਜੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਮੀਡੀਆ ਦੇ ਸਾਹਮਣੇ ਆਏ। ਸਿੱਧੂ ਨੇ ਮੀਡੀਆ ਸਾਹਮਣੇ ਬੀਜੇਪੀ ਦੇ ਭੇਤ ਖੋਲਦਿਆਂ ਵੱਡਾ ਹਮਲਾ ਕੀਤਾ ਹੈ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਮੈਨੂੰ ਪੰਜਾਬ ਵੱਲ ਮੂੰਹ ਨਾ ਕਰਨ ਦੀ ਸ਼ਰਤ 'ਤੇ ਰਾਜਸਭਾ ਮੈਂਬਰ ਦੀ ਕੁਰਸੀ 'ਤੇ ਬੈਠਣ ਲਈ ਕਿਹਾ ਗਿਆ ਸੀ। ਸਿੱਧੂ ਨੇ ਕਿਹਾ ਕਿ ਪੰਛੀ ਵੀ ਆਪਣਾ ਆਲ੍ਹਣਾ ਨਹੀਂ ਛੱਡਦੇ, ਮੈਂ ਪੰਜਾਬ ਕਿਵੇਂ ਛੱਡ ਦਿੰਦਾ। ਜਿਨ੍ਹਾਂ ਲੋਕਾਂ ਨੇ 4 ਵਾਰ ਮੈਨੂੰ ਜਿਤਾਇਆ, ਮੈਂ ਉਹਨਾਂ ਲੋਕਾਂ ਨੂੰ ਕਿਵੇਂ ਛੱਡ ਦਿੰਦਾ। ਕੁਝ ਵੀ ਹੋਵੇ, ਮੈਂ ਆਪਣੀ ਜੜ੍ਹ ਨਹੀਂ ਛੱਡਾਂਗਾ। ਸਿੱਧੂ ਨੇ ਕਿਹਾ ਕਿ ਮੇਰੇ ਲਈ ਪੰਜਾਬ ਤੋਂ ਜ਼ਰੂਰੀ ਕੁਝ ਨਹੀਂ ਹੈ, ਕੋਈ ਪਾਰਟੀ ਪੰਜਾਬ ਤੋਂ ਵੱਧ ਨਹੀਂ ਹੈ। ਰਾਜ ਸਭਾ ਸੇ ਇਸਤੀਫਾ ਮੈਨੇ ਇਸ ਲਈ ਦਿਆ ਕਿ ਮੁਝੇ ਕਹਾ ਗਿਆ ਥਾ ਕਿ ਪੰਜਾਬ ਕੀ ਤਰਫ ਮੂੰਹ ਨਹੀਂ ਕਰੋਗੇ ਔਰ ਪੰਜਾਬ ਸੇ ਤੁਮ ਦੂਰ ਰਹੋਗੇ। ਧਰਮੋ ਮੇਂ ਸਬਸੇ ਬੜਾ ਧਰਮ ਰਾਸ਼ਟਰ ਧਰਮ, ਜਿਸਸੇ ਬੜਾ ਕੋਈ ਧਰਮ ਨਹੀਂ। ਤੋ ਫਿਰ ਕੈਸੇ ਛੋੜਦੇ ਨਵਜੋਤ ਸਿੰਘ ਸਿੱਧੂ ਆਪਣੀ ਜੜ, ਕੈਸੇ ਛੋੜਦੇ ਨਵਜੋਤ ਸਿੰਘ ਸਿੱਧੂ ਆਪਣਾ ਵਤਨ, ਕੈਸੇ ਛੋੜਦੇ ਉਨ ਲੋਕੋ ਕੋ ਜਿਨ੍ਹੋਂ ਨੇ 4 ਬਾਰ 10 ਸਾਲ ਮੇਂ ਇਲੈਕਸ਼ਨ ਜਿਤਾਇਆ, ਪਹਿਲੀ ਬਾਰ ਆਦਮੀ ਜਿੱਤਦਾ ਹੈ ਇੱਕ ਸੈਲੀਬ੍ਰਿਟੀ ਬਣ ਕੇ, ਦੂਸਰੀ ਬਾਰ ਉਸਕਾ ਕਾਮ ਜੀਤਾ ਹੈ, ਤੀਸਰੀ ਬਾਰ ਉਸਕਾ ਆਚਰਣ ਜੀਤਾ ਹੈ ਔਰ ਚੌਥੀ ਬਾਰ ਉਸਕਾ ਆਚਰਣ ਵਿਵਹਾਰ ਔਰ ਕਿਰਦਾਰ ਜੀਤਾ ਹੈ। 4 ਇਲੈਕਸ਼ਨ ਜੀਤਨੇ ਕੇ ਬਾਅਦ ਰਾਜ ਸਭਾ ਦੇ ਕੇ ਇਹ ਕਹਾ ਜਾਤਾ ਹੈ ਸਿੱਧੂ ਪੰਜਾਬ ਸੇ ਦੂਰ ਰਹੋ। ਕਿਸਕੀ ਇੱਛਾ ਸੇ, ਕਿਸ ਵਜਹ ਸੇ, ਕੋਈ ਗੁਨਾਹਗਾਰ ਹੈ ਕਿਉਂ? ਅਰੇ ਪੰਛੀ ਵੀ ਉਡਾਰੀ ਮਾਰਦਾ ਹੈ ਨਾ, ਉਹ ਸ਼ਾਮ ਕੋ ਆਪਣੇ ਘੋਸਲੇ ਮੇਂ ਆ ਕੇ ਟਿਕਦਾ ਹੈ। ਦੁਨੀਆ ਕੀ ਕੋਈ ਪਾਰਟੀ ਪੰਜਾਬ ਸੇ ਬੜੀ ਨਹੀਂ, ਫਿਰ ਕੋਈ ਨਫਾ ਨੁਕਸਾਨ ਹੋ ਉਸੇ ਝੇਲਨੇ ਕੇ ਲੀਏ ਨਵਜੋਤ ਸਿੰਘ ਸਿੱਧੂ ਤਿਆਰ ਹੈ। ਇਸ਼ਕ ਜਿਨ ਕੋ ਹੈ ਆਪਣੇ ਵਤਨ ਸੇ ਖੁਦੀ ਕੋ ਮਿਟਾਤੇ ਰਹੇਂਗੇ, ਸ਼ਮਾ ਮਹਿਫਿਲ ਮੇਂ ਪੰਜਾਬ ਕੀ ਜਲਤੀ ਰਹੇਗੀ, ਸਿੱਧੂ ਜੈਸੇ ਪਰਵਾਨੇ ਔਰ ਵੀ ਆਤੇ ਰਹੇਂਗੇ। ਯੇ ਨਫੇ ਨੁਕਸਾਨ ਕੀ ਬਾਤ ਨਹੀਂ ਹੈ ਦੋਸਤ, ਯੇ ਪਹਿਲੀ ਬਾਰ ਹੁਆ ਹੋ ਤੋ ਵੀ ਨਾਕਾਬਿਲੇ ਬਰਦਾਸ਼ਤ ਹੈ, ਲੇਕਿਨ ਯੇ ਤੀਸਰੀ ਚੌਥੀ ਬਾਰ ਹੋ ਰਹਾ ਹੈ। ਜਬ ਆਂਧੀਆਂ ਚਲਤੀ ਥੀ ਤਬ ਤੋ ਸਿੱਧੂ ਜਾਏ, ਫਿਰ ਕੇਸ ਪੜਾ, ਕੇਸ ਪੜਤੇ ਹੀ ਸਿੱਧੂ ਨੇ ਅਸਤੀਫਾ ਦਿਆ, 3 ਮਿੰਟ ਨਹੀਂ ਲਗੇ। ਉਸਕੇ ਬਾਅਦ ਇੱਕ ਬੜੇ ਲੀਡਰ ਕਾ ਫੋਨ ਆਇਆ, ਬੇਟਾ ਤੁਮ ਅਗਰ ਚਾਂਸ ਲੈਣਾ ਚਾਹਤੇ ਹੋ ਤੋ ਸਰੈਂਡਰ ਕਰ ਦੋ, ਸ਼ਾਇਦ 1% ਚਾਂਸ ਹੈ ਕਿ ਤੁਮ ਦੁਬਾਰਾ ਇਲੈਕਸ਼ਨ ਲੜ ਪਾਓ। ਜੋ ਹੁਕਮ ਸਰ, ਆਜ ਕਹਤੇ ਹੋ ਨਵਜੋਤ ਸਿੰਘ ਸਿੱਧੂ ਪੰਜਾਬ ਛੋੜ ਕੇ ਚਲਾ ਜਾ, ਅਰੇ ਕਸੂਰ ਤੋਂ ਬਤਾਓ, ਉਹਨੇ ਯੇ ਫਿਕਰ ਹੈ ਹਰਦਮ ਨਈ ਤਰਜੇ ਜਫਾ ਕਿਆ ਹੈ, ਸੁਣ, ਉਹਨੇ ਯੇ ਫਿਕਰ ਹੈ ਹਰਦਮ ਨਈ ਤਰਜੇ ਜਫਾ ਕਿਆ ਹੈ, ਹਮੇ ਵੀ ਸ਼ੌਕ ਹੈ ਦੇਖੇ ਸਿਤਮ ਕੀ ਇੰਤਹਾ ਕਿਆ ਹੈ। ਜਹਾਂ ਪੰਜਾਬ ਕਾ ਹਿੱਤ ਹੋਗਾ ਸਿੱਧੂ ਕੋ ਖੜਾ ਪਾਓਗੇ। ਉਮੀਦ ਕੀਤੀ ਜਾ ਰਹੀ ਸੀ ਕਿ ਸਿੱਧੂ ਅੱਜ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਅਗਲੇ ਰਾਜਨੀਤਿਕ ਫੈਸਲੇ ਦਾ ਐਲਾਨ ਕਰਨਗੇ। ਇਹ ਵੀ ਮੰਨਿਆ ਜਾ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦਾ ਵੀ ਐਲਾਨ ਕਰ ਸਕਦੇ ਹਨ, ਪਰ ਉਹ ਇਹਨਾਂ ਸਾਰੇ ਸਵਾਲਾਂ 'ਤੇ ਚੁੱਪ ਹੀ ਰਹੇ। ਅਜਿਹੇ 'ਚ ਵੱਡਾ ਸਵਾਲ ਅਜੇ ਵੀ ਬਣਿਆ ਹੋਇਆ ਹੈ ਕਿ ਆਖਿਰ ਸਿੱਧੂ ਅਗਲਾ ਕਦਮ ਕੀ ਚੁੱਕਣਗੇ ਅਤੇ ਉਹ ਕਿਸ ਪਾਰਟੀ ਦਾ ਲੜ ਫੜਨਗੇ। ਨਵਜੋਤ ਸਿੰਘ ਸਿੱਧੂ ਆਲਵੇਸ ਵਾਂਟਡ ਟੂ ਸਰਵ ਪੰਜਾਬ ਐਂਡ ਅੰਮ੍ਰਿਤਸਰ, ਦੈਟਸ ਆਲ, ਦੈਟਸ ਨਾਟ ਦੀ ਇਸ਼ੂ। ਡੂ ਯੂ ਵਾਂਟ ਟੂ ਬੀਕਮ ਅ ਚੀਫ ਮਿਨਿਸਟਰ? ਦੀ ਬੇਸਿਕ ਥਿੰਗ ਇਜ਼ ਵਾਟ ਆਈ ਹੈਵ ਟੋਲਡ ਯੂ is a fact and that's about it. Bureau report, Punjab Today.